ਸੂਬੇ ਦੀ ਕਾਂਗਰਸ ਸਰਕਾਰ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲੱਗੇ ਨੇ। ਮਾਮਲਾ ਹਾਈ ਲੈਵਲ ਕਰਪਸ਼ਨ ਦਾ ਹੈ। ਦਰਅਸਲ ਬਿਜਲੀ ਵਿਭਾਗ ਦੇ ਨਾਲ ਜੁੜੇ 1400 ਕਰੋੜ ਦੇ ਕਰਪਸ਼ਨ ਦਾ ਇਲਜ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੀ ਸਰਕਾਰ ਦੇ ਉੱਤੇ ਲਗਾਇਆ। ਕੀ ਹੈ 1400 ਕਰੋੜ ਦੇ ਘਪਲੇ ਦੀ ਇਨਸਾਈਡ ਸਟੋਰੀ, ਦਿਖਾਉਣੇ ਆ ਇਸ ਖਾਸ ਰਿਪੋਰਟ ਦੇ ਵਿੱਚ। ਪਿਛਲੇ 3 ਸਾਲਾਂ 'ਚ ਪੰਜਾਬ 'ਚ 12 ਵਾਰ ਬਿਜਲੀ ਦੇ ਰੇਟ ਵਧਾਉਣ ਵਾਲੀ ਕਾਂਗਰਸ 'ਤੇ 1400 ਕਰੋੜ ਦੇ ਘਪਲੇ ਦੇ ਇਲਜ਼ਾਮ ਲੱਗੇ ਨੇ। ਜੀ ਹਾਂ, ਉਹ 1400 ਕਰੋੜ ਦਾ ਘਪਲਾ ਜਿਸ ਦਾ ਭਾਰ ਤੁਹਾਡੀਆਂ ਸਾਥੀਆਂ ਸਭ ਦੀਆਂ ਜੇਬਾਂ 'ਤੇ ਪੈਣਾ ਹੈ। ਇਹ ਦੋਸ਼ ਸੂਬੇ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਨੇ। ਦਰਅਸਲ ਕਾਂਗਰਸ ਸਰਕਾਰ ਬਿਜਲੀ ਦੇ ਵਧੇ ਰੇਟਾਂ ਤੇ ਅਕਾਲੀ ਦਲ ਨੂੰ ਘੇਰਦੀ ਆਈ ਹੈ। ਅਕਾਲੀ ਦਲ ਵੱਲੋਂ ਕੀਤੇ ਪਾਵਰ ਪਰਚੇਜ਼ ਐਗਰੀਮੈਂਟ ਤੇ ਸਵਾਲ ਹੁੰਦੇ ਰਹੇ, ਪਰ ਸੁਖਬੀਰ ਦੇ ਦੋਸ਼ਾਂ ਨੇ ਸੂਬੇ ਦੀ ਸਿਆਸਤ 'ਚ ਨਵਾਂ ਭੁਚਾਲ ਲਿਆ ਦਿੱਤਾ ਹੈ। ਸੁਖਬੀਰ ਮੁਤਾਬਕ ਕੋਲ ਵਾਸ਼ਿੰਗ ਦੇ ਨਾਂ ਤੇ 1400 ਕਰੋੜ ਦੇ ਕਰੀਬ ਦਾ ਘਪਲਾ ਇੱਥੇ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ। ਪੰਜਾਬ ਸਰਕਾਰ ਨੇ ਹਜ਼ਾਰਾਂ ਕਰੋੜਾਂ ਰੁਪਏ ਦਾ ਬੋਝ ਬਿਜਲੀ ਦੇ ਰੂਪ ਵਿੱਚ, ਬਿਜਲੀ ਦੇ ਬਿੱਲਾਂ ਦੇ ਰੂਪ ਵਿੱਚ ਆਮ ਜਨਤਾ ਤੇ ਪਾ ਦਿੱਤਾ ਹੈ। ਕੋਲ ਵਾਸ਼ਿੰਗ ਦਾ ਜਿਹੜਾ ਤਕਰੀਬਨ 1400-1400 ਕਰੋੜ ਦਾ ਆ ਜਿਹੜਾ ਇਹਨਾਂ ਨੇ ਪ੍ਰਾਈਵੇਟ ਕੰਪਨੀ ਨੂੰ ਦੇ ਰਹੇ ਆ 1400 ਕਰੋੜ, ਜਿਹਦੇ ਕਰਕੇ ਇਹਨਾਂ ਨੇ 20 ਪੈਸੇ ਜਾਂ 25 ਪੈਸੇ ਰੇਟ ਵਧਾਇਆ। 1400 ਕਰੋੜ ਤਾਂ ਦੇ ਰਹੇ ਹੈ, ਉਹਦੇ ਉੱਤੇ 1300 ਕਰੋੜ ਹੋਰ ਦਾ ਉਹਦੇ 'ਤੇ ਉਹਨਾਂ ਨੇ ਕਲੇਮਡ ਮੋਰ, ਆ ਵੀ ਸਾਰਾ ਮੈਚ ਫਿਕਸਿੰਗ ਹੈ। ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਅਕਾਲੀ ਦਲ ਸਰਕਾਰ ਵੱਲੋਂ ਕੀਤੇ ਗਏ PPA ਨੂੰ ਰੱਦ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਇਹ ਐਗਰੀਮੈਂਟ ਰੱਦ ਕਰਕੇ ਵਿਖਾਉਣ, ਕਿਉਂਕਿ ਉਹਨਾਂ ਮੁਤਾਬਕ ਇਹ ਐਗਰੀਮੈਂਟ ਖੁਦ ਉਸ ਵੇਲੇ ਦੀ ਕੇਂਦਰ 'ਚ ਮਨਮੋਹਨ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ, ਤੇ ਜੇ ਐਗਰੀਮੈਂਟ ਰੱਦ ਹੁੰਦਾ ਤਾਂ ਪੰਜਾਬ 'ਚ ਬਿਜਲੀ ਦੀ ਪੂਰਤੀ ਨਹੀਂ ਹੋਵੇਗੀ। ਆ ਜਿਹੜੇ ਤੁਸੀਂ ਗੱਲ ਕੀਤੀ ਸੀ, ਆ ਜਿਹੜੇ ਤੁਸੀਂ ਕਹਿੰਦੇ ਪ੍ਰਾਈਵੇਟ ਸੈਕਟਰ, ਹੁਣ ਜੇ ਤੁਸੀਂ ਡੂ ਦੇ ਵਾਂਟ ਪੰਜਾਬ ਟੂ ਬੀ ਪਾਵਰ ਡੈਫੀਸਿਟ, ਕਿ ਜਾਂ ਤਾਂ ਗਵਰਨਮੈਂਟ ਆਫ ਪੰਜਾਬ ਫੈਸਲਾ ਕਰ ਲਏ ਕਿ ਅਸੀਂ ਇਕੱਲੇ 4 ਘੰਟੇ ਵੀ ਆਰ ਰੈਡੀ ਟੂ ਸਫਰ, ਵੀ ਮੇਕ ਪਾ ਪੀਪਲ ਸਫਰ, ਕਿ 4 ਘੰਟੇ ਅਸੀਂ ਬਿਜਲੀ ਅਤੇ 2 ਦਿਨ ਕੱਟ ਰੱਖਾਂਗੇ, ਕੀ ਆ ਸਟੈਂਡ ਲਾਈਨ ਨੂੰ ਤਿਆਰ ਹੈ? ਜੇ ਇਫ ਦੇ ਥਿੰਕ ਕਿ ਅਸੀਂ ਗਲਤ ਕੀਤਾ ਹੈ, ਵੀ ਚੈਲੰਜ ਦੈਮ ਟੂ ਕੈਂਸਲ ਇਟ, ਕੈਂਸਲ ਕਰ ਲਓ, ਜਾਂ ਕਹਿਣ ਕਿ ਜਿਹੜਾ ਸਟੈਂਡਰਡ ਡਾਕੂਮੈਂਟ ਹੈ ਉਹ ਗਲਤ ਹੈ। ਐਗਰੀਮੈਂਟ ਡਾਕੂਮੈਂਟ ਕਿਹਨੇ ਬਣਾਇਆ? ਸਰ ਮਨਮੋਹਨ ਸਿੰਘ ਨੇ ਬਣਾਇਆ, ਗਵਰਨਮੈਂਟ ਨੇ ਕਹਿਣ ਦੇ ਕੀ ਸਰ ਮਨਮੋਹਨ ਸਿੰਘ ਨੇ ਗਲਤ ਕੀਤਾ? ਦੇ ਸ਼ੁੱਡ ਟੇਕ ਅ ਕੈਬਨਿਟ ਡਿਸੀਜਨ ਕਿ ਸਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਜਿਹੜੇ ਡਾਕੂਮੈਂਟ ਬਣਾਇਆ ਫੋਰ ਦ ਸਟੇਟ ਆਫ ਪੰਜਾਬ ਔਰ ਫੋਰ ਦ ਕੰਟਰੀ, ਦੈਟ ਵਾਜ਼ ਫਾਲਟੀ, ਉਹਦੇ 'ਚ ਮੈਚ ਫਿਕਸਿੰਗ ਦੇ ਚਾਂਸ ਹੈ, ਦੀ ਸ਼ੁੱਡ ਸੇਟ। ਦਰਅਸਲ ਸੁਖਬੀਰ ਬਾਦਲ ਮੁਤਾਬਕ ਪਾਵਰ ਪਰਚੇਜ਼ ਐਗਰੀਮੈਂਟ ਦੇ ਤਹਿਤ ਕੋਲ ਵਾਸ਼ਿੰਗ ਦਾ ਕੋਈ ਵੀ ਪੈਸਾ ਕੰਪਨੀਆਂ ਨੂੰ ਦੇਣ ਦਾ ਜ਼ਿਕਰ ਨਹੀਂ ਸੀ। ਪਿਛਲੀ ਅਕਾਲੀ ਸਰਕਾਰ ਦੇ ਵੱਲੋਂ 2 ਵਾਰ ਟ੍ਰਿਬਿਊਨਲ ਦੇ ਵਿੱਚ ਕੇਸ ਲੜਿਆ ਗਿਆ ਅਤੇ ਕੇਸ ਜਿੱਤਿਆ ਵੀ ਗਿਆ, ਪਰ ਉਸ ਤੋਂ ਬਾਅਦ ਮੌਜੂਦਾ ਸਰਕਾਰ ਕੇਸ ਹਾਰਨ ਤੋਂ ਬਾਅਦ ਇਸ ਦਾ ਰਿਵਿਊ ਪਟੀਸ਼ਨ ਪਾਉਣ ਦੇ ਵਿੱਚ ਅਸਫਲ ਰਹੀ, ਜਿਸ ਕਰਕੇ ਹੁਣ ਲਗਭਗ 1400 ਕਰੋੜ ਲੋਕਾਂ ਦੀ ਜੇਬ 'ਚੋਂ ਉਹਨਾਂ ਕੰਪਨੀਆਂ ਦੇ ਖਾਤੇ ਵਿੱਚ ਜਾਏਗਾ। ਸੁਖਬੀਰ ਬਾਦਲ ਇਸ ਨੂੰ ਘਪਲਾ ਦੱਸ ਰਹੇ ਨੇ, ਹਾਈ ਲੈਵਲ ਕਰਪਸ਼ਨ ਦੱਸ ਰਹੇ ਨੇ। ਉੱਥੇ ਸੁਖਬੀਰ ਬਾਦਲ ਮੁਤਾਬਕ ਇੱਕ ਵੱਡੀ ਗੱਲ ਇਹ ਵੀ ਹੈ ਕਿ ਜਿਸ ਕੋਲ ਵਾਸ਼ਿੰਗ ਦੇ ਨਾਂ ਤੇ 1400 ਕਰੋੜ ਰੁਪਏ ਦਾ ਇੱਕ ਘਪਲਾ ਸਾਹਮਣੇ ਆਇਆ, ਉਸ ਕੋਲ ਵਾਸ਼ਿੰਗ ਦਾ ਜ਼ਿਕਰ
ਪੰਜਾਬ ਸਰਕਾਰ ਵੱਲੋਂ ਕੀਤੇ ਗਏ PPA ਐਗਰੀਮੈਂਟ 'ਚ ਹੈ ਹੀ ਨਹੀਂ ਸੀ ਤੇ ਇਸੇ 1400 ਕਰੋੜ ਦੇ ਪਿੱਛੇ ਅਕਾਲੀ ਭਾਜਪਾ ਸਰਕਾਰ ਪਹਿਲਾਂ 2 ਵਾਰ ਅਦਾਲਤਾਂ 'ਚ ਇਹ ਕੇਸ ਵੀ ਜਿੱਤ ਚੁੱਕੀ ਹੈ ਕਿ ਉਹ ਕੋਲ ਵਾਸ਼ਿੰਗ ਦੇ ਕੋਈ ਪੈਸੇ ਨਹੀਂ ਦੇਣਗੇ ਤੇ ਸੁਖਬੀਰ ਮੁਤਾਬਕ ਹੁਣ ਕੈਪਟਨ ਸਰਕਾਰ ਦੇ ਵੱਲੋਂ ਇੱਥੇ ਮੈਚ ਫਿਕਸਿੰਗ ਕਰਕੇ ਇਹ 1400 ਕਰੋੜ ਰੁਪਿਆ ਪ੍ਰਾਈਵੇਟ ਕੰਪਨੀਆਂ ਨੂੰ ਅਦਾ ਕਰ ਦਿੱਤਾ ਗਿਆ ਹੈ ਤੇ ਉਸਦਾ ਹਰਜਾਨਾ ਆਮ ਜਨਤਾ ਨੂੰ ਮਹਿੰਗੀ ਬਿਜਲੀ ਦੇ ਰੂਪ 'ਚ ਭੁਗਤਣਾ ਪੈ ਰਿਹਾ ਹੈ। ਆਈ ਜਿਹੜੀ ਕੰਪਨੀ ਜਿਹਨੂੰ 1400 ਕਰੋੜ ਦਿੱਤਾ ਹੈ, ਇਹਨਾਂ ਨੇ ਉਦੋਂ ਸਾਡੀ ਗਵਰਨਮੈਂਟ ਸੀ ਸਾਨੂੰ ਕਿਹਾ ਕਿ ਸਾਨੂੰ ਕੋਲ ਵਾਸ਼ਿੰਗ ਦਾ ਪੈਸਾ ਦਿੱਤਾ ਜਾਏ। ਵੀ ਸੈਡ ਦੈਟ ਵੀ ਡਿਡ ਨਾਟ ਲਾਈਕ ਇਟ ਇਜ਼ ਨਾਟ ਪਾਰਟ ਆਫ ਦਾ PPA, ਸੋ ਵੀ ਵਿਲ ਨਾਟ ਗਿਵ। ਸਾਨੂੰ ਕਿਹਾ, ਅਸੀਂ ਰਿਜੈਕਟ ਕਰਤਾ ਉਹਨਾਂ ਦਾ ਆਈ 1400 ਕਰੋੜ ਅਸੀਂ ਰਿਜੈਕਟ ਕੀਤਾ। ਉਹ ਫਿਰ ਰੈਗੂਲੇਟਰੀ ਕਮਿਸ਼ਨ ਕੋਲ ਉਹਨਾਂ ਨੇ ਪਟੀਸ਼ਨ ਪਾਈ। ਰੈਗੂਲੇਟਰੀ ਕਮਿਸ਼ਨ 'ਚ ਅਸੀਂ ਆਪਣੀ ਟੌਪ ਟੀਮ ਲਾ ਕੇ ਵੀ ਵਨ ਇਟ ਇਨ ਦਾ ਰੈਗੂਲੇਟਰੀ ਕਮਿਸ਼ਨ। ਰੈਗੂਲੇਟਰੀ ਕਮਿਸ਼ਨ ਨੇ ਕਿਹਾ, ਠੀਕ ਹੈ, ਤੁਹਾਨੂੰ ਆਹ ਦੇਣ ਦੀ ਲੋੜ ਨਹੀਂ ਹੈ। ਫਿਰ ਉਹਨਾਂ ਨੇ ਅਪੀਲ ਪਾਤੀ ਸੈਂਟਰਲ ਰੈਗੂਲੇਟਰੀ ਕਮਿਸ਼ਨ 'ਤੇ, ਟ੍ਰਿਬਿਊਨਲ ਜਾਂ ਸੈਂਟਰਲ ਟ੍ਰਿਬਿਊਨਲ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ। ਉੱਥੇ ਵੀ ਸੈਟ ਦਾ ਟੀਮ ਅਤੇ ਉਹਦੇ ਬਾਅਦ ਵੀ ਵਨ ਦੈਟ ਕੇਸ ਦੇਅਰ ਆਲਸੋ। ਫਿਰ ਗਵਰਨਮੈਂਟ ਚੇਂਜ, ਕਾਂਗਰਸ ਗਵਰਨਮੈਂਟ ਕੇਮਨ, ਕਿਉਂਕਿ ਸਟੇਕਸ ਕਿੰਨੇ 1430 ਕਰੋੜ ਦੇ ਸਟੇਕ ਹੈ ਐਂਡ ਯੂ ਸੀ ਦਾ ਰਿਜ਼ਲਟ ਮੈਚ ਫਿਕਸਿੰਗ। ਚਲੋ ਤੁਸੀਂ ਗੱਲ ਤੁਸੀਂ ਦੇਖੋ, ਰਿਵਿਊ ਵੀ ਨਹੀਂ ਪਾਈ ਤੁਸੀਂ ਦੇਖੋ, ਮੈਚ ਫਿਕਸਿੰਗ ਉਹਦੇ ਕਰਦੇ ਰਿਵਿਊ ਵੀ ਨਹੀਂ ਪਾਈ। ਉਹਨੇ ਕਿਹਾ ਹੋ ਗਿਆ ਫੈਸਲਾ, ਚਲੋ ਰਿਵਿਊ ਨਹੀਂ ਪਾਈ। ਹੁਣ ਇੱਥੇ ਅਸੀਂ ਤੁਹਾਨੂੰ ਸੰਖੇਪ 'ਚ ਦੱਸਦੇ ਹਾਂ ਕਿ ਇਹ PPA ਯਾਨੀ ਕਿ ਪਾਵਰ ਪਰਚੇਜ਼ ਐਗਰੀਮੈਂਟ ਆਖਰ ਹੈ ਕੀ ਤੇ ਕਿਉਂ ਕੀਤਾ ਗਿਆ ਸੀ। ਸੁਖਬੀਰ ਬਾਦਲ ਮੁਤਾਬਕ ਅਕਾਲੀ ਸਰਕਾਰ ਵੇਲੇ ਸੂਬੇ 'ਚ ਬਿਜਲੀ ਦੀ ਕੁੱਲ ਖਪਤ 8500 ਮੈਗਾਵਾਟ ਸੀ, ਜਦੋਂ ਕਿ ਸੂਬਾ 5000 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਸੀ, ਜਿਸ ਲਈ ਬਚਦੀ 3500 ਮੈਗਾਵਾਟ ਬਿਜਲੀ ਦੀ ਪੂਰਤੀ ਲਈ ਪ੍ਰਾਈਵੇਟ ਕੰਪਨੀਆਂ ਦੇ ਨਾਲ ਇੱਕ ਐਗਰੀਮੈਂਟ ਕੀਤਾ ਗਿਆ ਸੀ, ਜਿਸ ਨੂੰ PPA ਐਗਰੀਮੈਂਟ ਕਿਹਾ ਜਾ ਰਿਹਾ ਹੈ। ਇਹ ਐਗਰੀਮੈਂਟ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਉਣ ਲਈ ਕੀਤਾ ਗਿਆ ਸੀ ਅਤੇ ਇਸੇ ਐਗਰੀਮੈਂਟ ਨੂੰ ਰੱਦ ਕਰਨ ਦਾ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ, ਪਰ ਜੇ ਅਜਿਹਾ ਹੁੰਦਾ ਤਾਂ ਜ਼ਾਹਿਰ ਹੀ ਅੱਜ ਪੰਜਾਬ 'ਚ ਲੋਕ ਬਿਜਲੀ ਨੂੰ ਤਰਸਦੇ ਹੁੰਦੇ, ਲੰਬੇ ਲੰਬੇ ਕੱਟ ਲੱਗਣੇ ਸੀ। ਆਪਣੀ ਪਹਿਲੇ ਡਿਮਾਂਡ ਜਦੋਂ ਪਹਿਲੇ ਆਪਣੀ ਸਰਕਾਰ ਬਣੀ ਉਦੋਂ ਡਿਮਾਂਡ ਸੀ, ਜਿਹੜੀ ਡਿਮਾਂਡ ਸੀ 8500 ਮੈਗਾਵਾਟ ਅਤੇ ਆਪਾਂ ਪ੍ਰੋਡਿਊਸ ਕਰ ਰਹੇ ਸੀ 5000 ਮੈਗਾਵਾਟ ਸਾਰੀਆਂ ਸੋਰਸਿਸ ਦੇ ਕਰੇ। ਜਦੋਂ ਸਰਕਾਰ ਛੱਡੀ 12500 ਮੈਗਾਵਾਟ ਦੀ ਡਿਮਾਂਡ ਚਲੀ ਗਈ ਹੈ। ਉੱਥੇ ਇਹ ਵੀ ਗੱਲ ਹੈ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਉਸ ਐਗਰੀਮੈਂਟ ਕਰਨ ਵਾਲੇ 6 ਸੂਬਿਆਂ 'ਚੋਂ ਪੰਜਾਬ ਸਭ ਤੋਂ ਸਸਤੀ ਬਿਜਲੀ ਖਰੀਦ ਰਿਹਾ ਸੀ, 2.08 ਰੁਪਏ ਪ੍ਰਤੀ ਯੂਨਿਟ। ਅਤੇ ਅੱਜ ਬਿਜਲੀ ਦਾ ਰੇਟ ਕੀ ਹੈ ਅਸੀਂ ਸਭ ਜਾਣਦੇ ਹਾਂ। 6 'ਚੋਂ ਜਿਹੜਾ ਰੇਟ ਹੈ ਵਾਸ ਬਾਏ ਪੰਜਾਬ ਵੀ ਗੋਟ ਦਾ ਚੀਪਸਟ ਹਲੇ ਤੱਕ। ਅੱਛਾ ਹੋਰ ਗੱਲ ਹੈ, ਉਹਨਾਂ 'ਚੋਂ 6 'ਚੋਂ ਇਕੱਲੇ 4 ਹੀ ਕਮਿਸ਼ਨ ਹੋਏ, ਜਿਹੜਾ ਹੈਗਾ ਪ੍ਰਾਈਵੇਟ ਦੂਜੇ ਵਾਲੇ ਉਹ 2 ਤਾਂ ਹਾਲੇ ਤੱਕ ਨਹੀਂ ਕਮਿਸ਼ਨ ਹੋਏ, ਈਵਨ ਗੁਜਰਾਤ 'ਚ ਹਾਲੇ ਤੱਕ ਨਹੀਂ ਕਮਿਸ਼ਨ ਹੋਇਆ। ਜਿਹੜਾ ਅਸੀਂ ਐਂਡ ਸਾਡੇ ਜਿਹੜੇ ਹੋਏ ਆ ਉਹ ਕਮਿਸ਼ਨਡ ਦਾ ਫਾਸਟੈਸਟ। ਦੇਖੋ UP ਨੇ ਕੀਤਾ ਸੀ, ਉੱਥੇ 3.02 ਰੁਪਏ ਦਾ ਰੇਟ ਆਇਆ ਸੀ। ਇੱਕ ਦੂਜੇ UP ਨੇ ਹੋਰ ਕੀਤਾ ਸੀ, ਉੱਥੇ 2.97 ਆਇਆ ਸੀ ਅਤੇ ਆਪਣਾ 2.8 ਆਇਆ ਸੀ। ਉੱਥੇ ਸੁਖਬੀਰ ਬਾਦਲ ਨੇ ਇੱਥੇ ਇੱਕ ਵੱਡੇ ਸਵਾਲ ਦਾ ਵੀ ਜਵਾਬ ਦਿੱਤਾ
ਕਿ ਇੱਥੇ ਖੁਦ ਪਾਵਰ ਪਲਾਂਟਾਂ 'ਚ ਪ੍ਰਾਈਵੇਟ ਕੰਪਨੀਆਂ ਨਾਲ ਐਗਰੀਮੈਂਟ ਕਰਕੇ ਬਿਜਲੀ ਪੈਦਾ ਕਰਨ ਦੀ ਆਖਿਰ ਕੀ ਲੋੜ ਸੀ? ਬਿਜਲੀ ਬਾਹਰੋਂ ਵੀ ਤਾਂ ਖਰੀਦੀ ਜਾ ਸਕਦੀ ਸੀ। ਤਾਂ ਉਸਦਾ ਜਵਾਬ ਹੈ ਕਿ ਨੈਸ਼ਨਲ ਗ੍ਰਿਡ ਦੇ ਕੋਲੋਂ ਬਾਹਰੋਂ ਸੂਬਾ ਬਿਜਲੀ ਖਰੀਦ ਸਕਦਾ ਸੀ, ਪਰ ਸੁਖਬੀਰ ਮੁਤਾਬਕ ਨੈਸ਼ਨਲ ਗ੍ਰਿਡ ਦੀ ਇੰਨੀ ਕਪੈਸਿਟੀ ਹੈ ਨਹੀਂ ਸੀ ਜਿੰਨੀ ਪੰਜਾਬ 'ਚ ਬਿਜਲੀ ਦੀ ਖਪਤ ਸੀ। ਇਸ ਲਈ ਉਹਨਾਂ ਨੂੰ ਇਹ ਐਗਰੀਮੈਂਟ ਕਰਨੇ ਪਏ। ਜਿਹੜੀ ਬਿਜਲੀ ਆਪਣੀ ਆਪਾਂ ਲੈਂਦੇ ਹਾਂ, ਆਪਣੇ ਕੋਲ ਆਪਸ਼ਨ ਕੀ ਹੈ? ਜਾਂ ਆਪਣੇ ਪਲਾਂਟ ਲਓ, ਜਾਂ ਪ੍ਰਾਈਵੇਟ 'ਤੇ ਇਨਵੈਸਟ ਕਰੋ, ਜਾਂ ਬਾਹਰੋਂ ਖਰੀਦ ਲਓ। ਬਾਹਰੋਂ ਖਰੀਦਣ ਵਾਸਤੇ ਕੀ ਹੁੰਦਾ ਹੈ, ਆਪਾਂ ਇਕੱਲੇ ਗਵਰਨਮੈਂਟ ਆਫ ਇੰਡੀਆ ਦੇ ਨੈਸ਼ਨਲ ਗ੍ਰਿਡ ਤੋਂ ਲੈ ਸਕਦੇ ਹਾਂ। ਨੈਸ਼ਨਲ ਗ੍ਰਿਡ ਬਣਿਆ, ਜਿਹੜੀ ਵੱਡੀ ਗੱਲ ਹੈ, ਨੈਸ਼ਨਲ ਗ੍ਰਿਡ ਦੀ ਕਪੈਸਿਟੀ ਹੈ ਨਹੀਂ ਆਪਾਂ ਨੂੰ ਪਾਵਰ ਦੇਣ ਦੀ, ਕਿ ਆਪਾਂ 5,000 ਜਾਂ 10,000 ਤੁਸੀਂ ਕਹਿੰਦੇ ਪਲਾਂਟ ਨਾ ਲਾਉਂਦੇ ਅਤੇ ਤੁਸੀਂ ਨੈਸ਼ਨਲ ਗ੍ਰਿਡ ਤੋਂ ਆਪਾਂ ਲੈ ਲੈਂਦੇ, ਚਲੋ ਅੱਜ ਕਿੰਨੇ ਲੈ ਲਓ, ਉਹਨਾਂ ਦੀ ਕਪੈਸਿਟੀ ਹੈ ਨਹੀਂ ਤੁਹਾਨੂੰ ਦੇਣ ਨੂੰ, ਤੁਹਾਨੂੰ ਟਰਾਂਸਮਿਸ਼ਨ ਕਪੈਸਿਟੀ ਹੈ ਨਹੀਂ ਇਹਨਾਂ ਨੇ ਗਵਰਨਮੈਂਟ ਆਫ ਇੰਡੀਆ ਦੀ ਨੈਸ਼ਨਲ ਗ੍ਰਿਡ ਦੀ, ਕਿ ਤੁਹਾਨੂੰ 5,000 ਮੈਗਾਵਾਟ ਵੀ ਦੇ ਦੇਣ। ਸੁਖਬੀਰ ਬਾਦਲ ਮੁਤਾਬਕ ਜਦੋਂ ਪੰਜਾਬ 'ਚ ਅਕਾਲੀ ਸਰਕਾਰ ਆਈ ਸੀ ਤਾਂ ਉਹ 35% ਘਾਟੇ 'ਚ ਸੀ। ਉਹਨਾਂ ਨੇ ਖਜ਼ਾਨੇ ਖਾਲੀ ਹੋਣ ਦਾ ਰੋਲਾ ਨਹੀਂ ਪਾਇਆ ਤੇ ਉਦੋਂ ਭਾਰਤ ਸਰਕਾਰ ਨੇ ਵੀ ਪੰਜਾਬ ਸਰਕਾਰ ਨੂੰ ਨੰਬਰ 1 ਯੂਟਿਲਿਟੀ ਸਰਵਿਸ ਡਿਕਲੇਅਰ ਕੀਤਾ ਸੀ ਅਤੇ ਬਿਜਲੀ ਬੋਰਡ ਵੀ ਪੰਜਾਬ ਦਾ ਨੰਬਰ 1 ਸੀ ਉਦੋਂ। ਉਧਰ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਵੀ ਕੈਪਟਨ ਸਰਕਾਰ ਨੂੰ ਬਿਜਲੀ ਦੇ ਮੁੱਦੇ ਤੇ ਜ਼ਬਰਦਸਤ ਘੇਰਿਆ। ਭਗਵੰਤ ਮਾਨ ਨੇ ਕਿਹਾ ਸੀ ਕਿ ਦਿੱਲੀ 'ਚ ਬਿਜਲੀ ਬਾਹਰੋਂ ਖਰੀਦ ਕੇ ਵੀ 1 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਸਕਦੀ ਹੈ ਤਾਂ ਪੰਜਾਬ 'ਚ ਕਾਂਗਰਸ ਸਰਕਾਰ ਬਿਜਲੀ ਖੁਦ ਪੈਦਾ ਕਰਕੇ ਵੀ 10 ਰੁਪਏ ਪ੍ਰਤੀ ਯੂਨਿਟ ਕਿਉਂ ਵੇਚ ਰਹੀ ਹੈ? ਜਦੋਂ ਆਪਣੀ ਸਰਕਾਰ ਆਈ ਨਾ ਪਹਿਲੇ 2007 'ਚ 35% ਲੋਸਿਸ ਸੀ ਆਪਣੇ, 35% ਆਪਾਂ ਲਿਆ ਸੀ 14% ਐਂਡ ਵੀ ਵਰ ਰੇਟਡ ਦੈਟ ਟਾਈਮ ਗਵਰਨਮੈਂਟ ਆਫ ਇੰਡੀਆ ਨੇ ਨੰਬਰ 1 ਯੂਟੀਲਿਟੀ ਸਰਵਿਸ ਡਿਕਲੇਅਰ ਕਰਤਾ ਸੀ ਆਪਾਂ ਨੂੰ, ਬਿਜਲੀ ਬੋਰਡ ਵਾਜ਼ ਨੰਬਰ 1 ਇਨ ਦਾ ਕੰਟਰੀ। ਉੱਥੇ ਸੁਖਬੀਰ ਬਾਦਲ ਨੇ ਵੀ ਸਵਾਲ ਚੁੱਕੇ ਕਿ ਕਾਂਗਰਸ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤਾਂ ਖੁਦ ਇਹ ਬਿਆਨ ਦਿੱਤਾ ਸੀ ਕਿ ਸਾਡਾ ਚੇਅਰਮੈਨ ਬਿਜਲੀ ਬੋਰਡ ਦਾ 0 ਹੈ, ਤੇ ਉਹ ਚੇਅਰਮੈਨ ਆਖਿਰ ਫਿਰ ਲਗਾਇਆ ਕਿਸਨੇ? ਆ ਜਿਹੜਾ ਆਪਣਾ ਨਹੀਂ ਆ ਜਿਹੜਾ ਮਿਨਿਸਟਰ ਹੈਗਾ ਪਾਵਰ ਮਿਨਿਸਟਰ ਕਾਂਗੜ ਨੇ ਕੀ ਕਿਹਾ ਕਿ ਸਾਡਾ ਚੇਅਰਮੈਨ ਬਿਜਲੀ ਬੋਰਡ ਦਾ 0 ਹੈ। ਕੀ ਗੱਲ ਲਫ਼ਜ਼ ਕੀ ਸੀ? ਜ਼ੀਰੋ ਹੈ ਨਾ, ਮੋਸਟ ਇਨਕੰਪੀਟੈਂਟ ਚੇਅਰਮੈਨ ਕਿਹਨੇ ਅਸੀਂ ਤਾਂ ਨਹੀਂ ਲਾਇਆ। ਇਹਨਾਂ ਦਾ ਪਾਵਰ ਮਿਨਿਸਟਰ ਕਹਿ ਰਿਹਾ ਕਿ ਚੇਅਰਮੈਨ ਸਾਡਾ ਇਨਕੰਪੀਟੈਂਟ ਹੈ, 0 ਹੈ, ਪਾਰ ਫੇਲ ਹੋ ਗਿਆ। ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਕਮਿਸ਼ਨ ਅਤੇ ਟ੍ਰਿਬਿਊਨਲ ਕੋਲ ਰੱਖੇ ਪੱਖ 'ਚ ਮੌਜੂਦਾ ਸਰਕਾਰ ਨੇ ਇਸ ਜਾਂਚ ਰਿਪੋਰਟ ਬਾਰੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਸੀ ਦਿੱਤਾ। ਬਸ ਸ਼ਾਇਦ ਸੁਪਰੀਮ ਕੋਰਟ 'ਚ ਪੰਜਾਬ ਸਰਕਾਰ ਨੂੰ ਆਪਣੀ ਇਹੀ ਗਲਤੀ ਭਾਰੀ ਪੈ ਗਈ, ਜਿਸ ਦਾ ਨਤੀਜਾ ਇਹ ਹੋਇਆ ਕਿ ਸਰਵਉੱਚ ਅਦਾਲਤ ਨੇ ਹੁਣ ਤੱਕ 5 ਸਾਲ ਦੇ ਕੋਲ ਵਾਸ਼ਿੰਗ ਚਾਰਜ ਦੇ ਰੂਪ 'ਚ ਸਮੇਤ ਜੁਰਮਾਨਾ ਕਰੀਬ 2800 ਕਰੋੜ ਰੁਪਏ ਅਦਾ ਕਰਨ ਲਈ ਪੰਜਾਬ ਸਰਕਾਰ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਨੇ, ਪਰ ਫਿਰ ਵੀ ਪੰਜਾਬ ਸਰਕਾਰ ਨੇ ਨਾ ਤਾਂ ਇਹ ਰਕਮ ਅਦਾ ਕੀਤੀ ਤੇ ਨਾ ਹੀ ਇਸ ਫੈਸਲੇ ਖਿਲਾਫ਼ ਕੋਈ ਅਪੀਲ ਦਾਇਰ ਕੀਤੀ, ਤਾਂ ਕੰਪਨੀਆਂ ਵੱਲੋਂ ਅਦਾਲਤ ਦੇ ਫੈਸਲੇ ਦੀ ਹੁਕਮ ਅਦੂਲੀ ਦਾ ਕੇਸ ਦਾਇਰ ਕਰ ਦਿੱਤਾ ਗਿਆ। ਨਤੀਜੇ ਦੇ ਰੂਪ 'ਚ ਸਰਕਾਰ ਨੂੰ 8 ਹਫ਼ਤੇ 'ਚ ਸਾਰੀ ਰਕਮ ਅਦਾ ਕਰਨ ਦਾ ਹੁਕਮ ਹੋ ਗਿਆ। ਸੁਖਬੀਰ ਨੇ ਕਾਂਗਰਸ ਦੀ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਇਹ ਐਗਰੀਮੈਂਟ ਉਹ ਰੱਦ ਕਰਕੇ ਦਿਖਾਉਣ, ਕਿਉਂਕਿ ਉਹਨਾਂ ਵੱਲੋਂ ਇਹ ਐਗਰੀਮੈਂਟ ਕੇਂਦਰ ਦੀ ਸਰਕਾਰ ਕਾਂਗਰਸ ਸਰਕਾਰ ਦੇ ਵੇਲੇ ਹੋਇਆ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਸ ਵੇਲੇ ਦੇ ਮੌਜੂਦਾ ਪ੍ਰਧਾਨ ਮੰਤਰੀ ਸਨ। ਸੁਖਬੀਰ ਨੇ ਚੈਲੰਜ ਕੀਤਾ ਹੈ ਕਿ ਜੋ ਕਾਂਗਰਸ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਇਸ ਐਗਰੀਮੈਂਟ ਨੂੰ ਰੱਦ ਕੀਤਾ ਜਾਊਗਾ, ਉਹ ਹੁਣ ਇਸ ਨੂੰ ਰੱਦ ਕਰਕੇ ਦਿਖਾਵੇ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98